ਨਮਸਕਾਰ ਦੋਸਤੋ ਕੀ ਹਾਲ ਚਾਲ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾ ਰਹੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਅੱਜ ਇਹ ਦੋ ਵੀਡੀਓਜ਼ ਅਪਲੋਡ ਕੀਤੀਆਂ ਨੇ ਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਮੈਂ ਇਸ ਵੀਡੀਓ ਦੇ ਰੂਪ ਵਿੱਚ ਦੇ ਰਿਹਾ ਹਾਂ ਤੁਹਾਨੂੰ ਪ੍ਰਸ਼ਨ ਇਹ ਸੀ ਕਿ ਕਿ ਪੋਸਟਾਂ ਫੁੱਲ ਹੋ ਚੁੱਕੀਆਂ ਨੇ ਖਾਸ ਕਰ ਹਿੰਦੀ ਪੰਜਾਬੀ ਐਸਐਸਟੀ ਤੁਹਾਨੂੰ ਪਤਾ ਹੀ ਹੈ ਕਿ ਹਿੰਦੀ ਦੇ ਵਿੱਚ 200 ਪੋਸਟਾਂ ਸੀ ਆਪਣੀਆਂ ਠੀਕ ਹੈ ਔਰ ਐਸਐਸਟੀ ਦੇ ਵਿੱਚ 204 ਤੇ ਪੰਜਾਬੀ ਦੇ ਵਿੱਚ 171 ਪੋਸਟਾਂ ਸੀ ਠੀਕ ਹੈ ਤੇ ਪਹਿਲੀ ਪ੍ਰੋਵੀਜ਼ਨ ਲਿਸਟ ਜੋ ਆਈ ਸੀ ਉਹ ਆਈ ਸੀ ਦੋਸਤੋ 25 ਠੀਕ ਹੈ 25 ਤਰੀਕ ਨੂੰ ਆਈ ਸੀ ਜੀ ਤੁਸੀਂ ਦੇਖ ਸਕਦੇ ਹੋ 25 2 2021 21 ਨੂੰ ਤੇ ਦੂਸਰੀ ਆਈ ਸੀ 4 ਮਾਰਚ ਨੂੰ ਠੀਕ ਹੈ ਔਰ ਜੋ ਤੀਸਰੀ ਆਈ ਹੈ ਉਹ ਅੱਜ ਪਈ ਹੈ ਹਾਲਾਂਕਿ 13 ਤਰੀਕ ਸ਼ੋ ਹੋ ਰਹੀ ਅੱਜ ਦੇ ਦਿਨ 14 ਤਰੀਕੇ ਤੇ ਅਸੀਂ ਕਹਿ ਸਕਦੇ ਹਾਂ ਕਿ ਤਿੰਨ ਪ੍ਰੋਵੀਜ਼ਨਲ ਲਿਸਟਾਂ ਦੇ ਅਨੁਸਾਰ ਹਿੰਦੀ ਪੰਜਾਬੀ ਔਰ ਐਸਐਸਟੀ ਦੀ ਅਗਰ ਅਸੀਂ ਗਿਣਤੀ ਕਰ ਲਈਏ ਕਿੰਨੇ ਬੰਦੇ ਕੁਆਲੀਫਾਈਡ ਹੋਏ ਨੇ ਤੇ ਜਿੱਦਾਂ ਹਿੰਦੀ ਦੀਆਂ 200 ਪੋਸਟਾਂ ਸੀ ਤੇ ਅਗਰ ਅਸੀਂ ਗਿਣਤੀ ਕਰ ਲਈ ਤੀਸਰੀ ਪ੍ਰੋਵੀਜ਼ਨਲ ਲਿਸਟ ਨੂੰ ਵੀ ਪਾ ਲਈਏ ਜੋੜ ਕਰ ਲਈਏ ਤਿੰਨਾਂ ਪ੍ਰੋਵੀਜ਼ਨਲ ਲਿਸਟ ਵਿੱਚ ਕੁਆਲੀਫਾਈਡ ਬੰਦਿਆਂ ਦੀ ਤਾਂ ਸੰਖਿਆ 206 ਹੋ ਚੁੱਕੀ ਹੈ ਮਤਲਬ ਪੋਸਟਾਂ ਵੱਧ ਚੁੱਕੀਆਂ ਨੇ ਜਾਂ ਤਾਂ 206 ਬੰਦੇ ਹੁਣ ਸਿਲੈਕਟ ਕੀਤੇ ਜਾਣਗੇ ਕਿਉਂਕਿ ਆਫਰ ਲੈਟਰ ਮਿਲ ਚੁੱਕੇ ਨੇ ਔਰ ਕੁਝ ਦੇ ਆਫਰ ਲੈਟਰ ਵਾਪਸ ਵੀ ਲੈ ਗਏ ਨੇ ਲੇਕਿਨ ਕੁਝ ਨੂੰ ਕੋਸ਼ੋਧ ਹੋਣ ਵਾਸਤੇ ਗਏ ਨੇ ਉਹ ਠੀਕ ਹੈ ਜੀ ਘਬਰਾਨ ਦੀ ਬਿਲਕੁਲ ਲੋੜ ਨਹੀਂ ਹੈ ਇਦਾਂ ਹੀ ਅਗਰ ਅਸੀਂ ਪੰਜਾਬੀ ਦੀ ਗੱਲ ਕਰੀਏ ਤੇ 171 ਪੋਸਟਾਂ ਸੀ ਲੇਕਿਨ ਇੱਥੇ ਵੀ ਕੁਆਲੀਫਾਈਡ ਜੋ ਤਿੰਨਾਂ ਪ੍ਰੋਵੀਜ਼ਨਲ ਲਿਸਟ ਦੀ ਗੱਲ ਕਰ ਲਈਏ ਤੇ ਉਹ 180 ਪਲੱਸ ਜਾ ਰਿਹਾ ਜੀ ਠੀਕ ਹੈ ਜੀ 180 ਪਲੱਸ ਲੋਕੀ ਜਿਹੜੇ ਕੁਆਲੀਫਾਈਡ ਮੰਨੇਗੇ ਨੇ ਤੇ ਮਤਲਬ ਇੱਥੇ ਵੀ ਪੋਸਟਾਂ ਵੱਧ ਰਹੀਆਂ ਨੇ ਤੇ ਵਧਾਈਆਂ ਹੋਣਗੀਆਂ ਬੋਰਡ ਵਾਲਿਆਂ ਨੇ ਸਰਕਾਰ ਨੇ ਠੀਕ ਹੈ ਜੀ ਤੇ ਇਦਾਂ ਹੀ 204 ਪੋਸਟਾਂ ਜਿਹੜੀਆਂ ਐਸਐਸਟੀ ਦੇ ਵਿੱਚ ਸੀ ਤੇ ਇਹਦੇ ਵਿੱਚ ਵੀ ਕਾਫੀ ਪੋਸਟਾਂ ਜਿਹੜੀਆਂ ਵਧੀਆਂ ਗਈਆਂ ਨੇ ਵਧੀਆਂ ਗਈਆਂ ਨੇ 210 ਤੋਂ ਉੱਪਰ ਪੋਸਟਾਂ ਜਾ ਰਹੀਆਂ ਜੀ ਠ ਹਾਈ ਕੋਲ ਮੇ ਲਾ ਕੇ ਕਹੀਏ ਕਿ ਇੱਕ ਵੀ ਸੀਟ ਨੂੰ ਇਥੋਂ ਖਾਲੀ ਨਹੀਂ ਰਹਿ ਰਹੀ ਹੈ ਤੇ ਚੌਥੀ ਪ੍ਰੋਵੀਜ਼ਨ ਲਿਸਟ ਫੋਰਥ ਪ੍ਰੋਵੀਜ਼ਨਲ ਲਿਸਟ ਆਉਣ ਦੇ ਚਾਂਸ ਜਿਹੜੇ ਨੇ ਉਹ ਜੀ ਮਾਈਨਸ ਚ ਨਹੀਂ ਜੀ ਕੋਈ ਪ੍ਰੋਵੀਜ਼ਨਲ ਲਿਸਟ ਹੁਣ ਹਿੰਦੀ ਪੰਜਾਬੀ ਔਰ ਐਸਐਸਟੀ ਦੀ ਬਿਲਕੁਲ ਨਹੀਂ ਆਉਗੀ ਠੀਕ ਹੈ ਬਿਲਕੁਲ ਕੋਈ ਉਮੀਦ ਦੀ ਕਿਰਨ ਜੜੀ ਹੁਣ ਨਹੀਂ ਇਥੋਂ ਆਉਂਦੀ ਵੀ ਕਿ ਹਿੰਦੀ ਪੰਜਾਬੀ ਔਰ ਐਸਐਸਟੀ ਦੇ ਵਿੱਚ ਕੋਈ ਪ੍ਰੋਵੀਜ਼ਨ ਲਿਸਟ ਆਵੇਗੀ ਠੀਕ ਹੈ ਜੀ ਤੇ ਮੁੱਦਾ ਇੱਥੇ ਸੁੱਲ ਜਾਂਦਾ ਹੈ ਹੁਣ ਕੋਈ ਵੀ ਪ੍ਰਸ਼ਨ ਹੈ ਇਸ ਰਿਗਾਰਡਿੰਗ ਉਹ ਤੁਹਾਨੂੰ ਉੱਤਰ ਮਿਲ ਗਿਆ ਹੋਣਾ ਜੀ ਠੀਕ ਹੈ ਤੇ ਤੀਜੀ ਪ੍ਰੋਵੀਜ਼ਨਲ ਲਿਸਟ ਆ ਚੁੱਕੀ ਹੈ ਚੌਥੀ ਦੇ ਆਸਾਰ ਇਹਨਾਂ ਤਿੰਨ ਸਬਜੈਕਟਾਂ ਦੇ ਤਾਂ ਬਿਲਕੁਲ ਨਹੀਂ ਹੈ ਤੇ ਅਗਰ ਤੁਹਾਡਾ ਨੰਬਰ ਨਹੀਂ ਆਇਆ ਇਸ ਮਾਸਟਰ ਕੈਡਰ ਚ ਨੈਕਸਟ ਟਾਈਮ ਖਿੱਚ ਕੇ ਰੱਖੋ ਟੋਪ ਕਰੋ ਠੀਕ ਹੈ ਜੀ ਟੋਪ ਰੈਂਕ ਲਓ ਤਾਂ ਜੋ ਵਧੀਆ ਤੁਸੀਂ ਜਵਾਬ ਦੇਖ ਸਕੋ ਆਪਣੇ ਕੰਪੀਟੀਟਰਸ ਨੂੰ ਠੀਕ ਹੈ ਜੀ ਤੇ ਬੈਸਟ ਆਫ ਲੱਕ ਧੰਨਵਾਦ